ਤੂੰ ਦੱਸ ਕਿੱਥੋਂ ਦੇ ਆ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਤੇ ਫਰਜ਼ੀ ਆਨੰਦ ਕਾਰਜ ਕਰਵਾਉਣ ਤੇ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਲੱਗੇ ਨੇ। ਫਰੀਦਕੋਟ ਦੇ ਲੋਕਾਂ ਵੱਲੋਂ ਕਥਿਤ ਫਰਜ਼ੀ ਸਰਟੀਫਿਕੇਟ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਪੁਲਿਸ ਨੇ ਛਾਨਬੀਨ ਦੌਰਾਨ 12 ਮੋਟਰਸਾਈਕਲ ਤੇ ਇੱਕ ਸਕੂਟੀ ਬਰਾਮਦ ਕੀਤੀ। ਉੱਥੇ ਹੀ ਮੌਕੇ ਤੇ ਮੌਜੂਦ ਬਾਬਾ ਮਨਪ੍ਰੀਤ ਸਿੰਘ ਦੀ ਸ਼ਿਕਾਇਤਕਰਤਾ ਧਿਰ ਦੇ ਨਾਲ ਪਹਿਲਾਂ ਬਹਿਸਬਾਜ਼ੀ ਹੋਈ ਤੇ ਵੇਖਦਿਆਂ ਮਾਹੌਲ ਇਸ ਕਦਰ ਵਿਗੜ ਗਿਆ ਕਿ ਬਹਿਸਬਾਜ਼ੀ ਹੱਥੋਪਾਈ ਤੋਂ ਬਾਅਦ ਦਸਤਾਰਾਂ ਤੱਕ ਉਤਰ ਗਈਆਂ। ਹਾਲਾਂਕਿ ਪੁਲਿਸ ਦੇ ਵੱਲੋਂ ਸਥਿਤੀ ਤੇ ਕਾਬੂ ਪਾਇਆ ਗਿਆ। ਕੀ ਇਹ ਪੂਰਾ ਮਾਮਲਾ ਸੁਣੋ। ਇਹਨਾਂ ਜੀ ਬਾਬਾ ਜੀ ਦੇ ਅਗੇਂਸਟ ਮਤਲਬ ਕਿ ਇਹ ਸ਼ਿਕਾਇਤ ਕਰਦੇ ਸੀਗੇ ਕਿ ਕੋਈ ਮੈਰਿਜ ਸਰਟੀਫਿਕੇਟ ਬਣਾਇਆ ਜੀ, ਉਹਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਅਸੀਂ ਗੱਲਬਾਤ ਕਰਨਾ ਹੀ ਸੀ, ਇਹ ਕਹਿੰਦੇ ਸਾਨੂੰ ਝਗੜਾ ਕਰਨਾ ਹੀ ਸੀ। ਤਾਂ ਉਹਦੇ 'ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਕਿ ਸਾਡੇ ਜੀ ਦੂਜਾ ਇਹਨਾਂ ਨੇ ਧੱਕਾ ਮੁੱਕੀ ਕੀਤਾ ਹੈਗਾ ਅਤੇ ਉਹ ਬਾਕੀ ਕਹਿ ਰਹੇ ਸੀ ਜਾਂ ਵਹੀਕਲ, ਉਹ ਇਹ ਇਲਜ਼ਾਮ ਲਾ ਰਹੇ ਵੀ ਜਿਹੜੇ ਵਹੀਕਲ ਆ ਇਹਨਾਂ ਕੋਲ ਕੋਈ 2 ਨੰਬਰ ਦੇ ਆ, ਹੁਣ ਇਹ ਚੀਜ਼ਾਂ ਸਾਰੀਆਂ ਵੈਰੀਫਾਈ ਕਰ ਲੈਂਦੇ ਜੀ ਆਪਾਂ ਕੀ ਕਹਿੰਦੇ। ਬਾਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ, ਉਹ ਤਾਂ ਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ, ਠੀਕ ਹੈ ਜੀ, ਪੁਲਿਸ ਵੀ ਪ੍ਰੈਜੈਂਟ ਹੈ, ਹੁਣੇ ਵੈਰੀਫਾਈ ਕਰਕੇ ਜੋਗਾ ਤਾਂ ਉਹਦਾ ਕੇਸ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ 'ਤੇ। ਬਾਈ ਜੀ ਮਸਲਾ ਇਹ ਆ, ਮੇਰੀ ਭਤੀਜੀ ਸੀਗੀ ਕਾਲਜ ਪੜ੍ਹਦੀ ਸੀ, ਕਾਲਜ ਪੜ੍ਹਦਿਆਂ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ, ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਛ ਧੱਕਾਸ਼ਾਹੀ ਕਰਦੇ ਰਹੇ, ਕਰ ਕਰਾ ਕੇ ਇਹਦੇ ਕੋਲ ਆਨੰਦ ਕਾਰਜੇ ਨੇ ਕਰਤੇ ਉਹਨਾਂ ਦੇ। ਕਿੰਨੇ ਜੀ? ਇਹ ਬਾਬੇ ਮਨਪ੍ਰੀਤ ਨੇ, ਆਹ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ। ਕੁੜੀ ਦੀ ਉਮਰ ਕਿੰਨੀ ਹੈ? ਕੁੜੀ ਦਾ ਘਰ ਦਾ ਕੋਈ ਨਹੀਂ ਬੰਦਾ, ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਗਾ ਕੋਲੇ। ਤੇ ਉਮਰ ਕਿੰਨੀ ਕੁੜੀ ਦੀ? ਕੁੜੀ 21 ਸਾਲ। ਸਰ ਸਰ ਤੇ ਕੀ ਹੁਣ ਕੀ ਗੱਲ ਹੋਈ ਹੈ ਇੱਥੇ? ਇੱਥੇ ਬਸ ਇਹੀ ਆਈ, ਇਹਨੂੰ ਕਿਹਾ, ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ, ਮੇਰਾ ਸਰਟੀਫਿਕੇਟ ਨਹੀਂ ਗਾ। ਪਾਠੀ ਮੰਨ ਗਿਆ, ਪਾਠੀ ਦੇ ਘਰ ਵਾਲੀ ਮੰਨ ਗਈ ਵੀ ਆਨੰਦ ਕਾਰਜ ਹੋਇਆ। ਬਾਬੇ ਮਨਪ੍ਰੀਤ ਨੇ ਕਰਾਇਆ 4,000 ਰੁਪਈਆ ਤਨਖਾਹ ਤੇ ਉਹਨਾਂ ਨੂੰ ਰੱਖਿਆ, ਪਰ ਉਹਨਾਂ ਨੂੰ ਸਹੀ ਗੱਲ ਨਹੀਂ ਹੈ ਦੱਸਦਾ, ਕਹਿੰਦਾ ਆਨੰਦ ਕਾਰਜ ਕਰ ਦਿਓ। ਹੋਰ ਇਹਦੇ ਕੋਲ 10 ਮੋਟਰਸਾਈਕਲ, 1 ਐਕਟਿਵਾ, 11 ਮੋਟਰਸਾਈਕਲ, 1 ਐਕਟਿਵਾ। ਮੰਗ ਇਹ ਹੈ ਜੀ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਇੱਥੋਂ ਚੁਕਾਇਆ ਜਾਵੇ। ਇਹ ਇਦੋਂ ਪਹਿਲਾਂ 4-5 ਥਾਵਾਂ ਤੋਂ ਗੁਰਦੁਆਰਿਆਂ 'ਚੋਂ ਕੁੱਟ ਕੇ ਕੱਢਿਆ ਹੋਇਆ, ਹਰ ਥਾਂ ਤੋਂ ਜਨਾਨੀ ਦੇ ਚੱਕਰ 'ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਹੋਇਆ। ਕੋਈ ਸਰਟੀਫਿਕੇਟ ਗਲਤ ਨਹੀਂ ਜੀ, ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ, ਜਾਂ ਮੁਲਾਜ਼ਮ ਬੈਠੇ ਆ, ਪੁਲਿਸ ਬੈਠੀ ਹੈ, SSP ਕੋਲ ਸਾਹਿਬ ਪੇਸ਼ ਹੋਣ ਵੀ ਕੋਈ ਗਲਤ ਹੈ, ਕਾਗਜ਼ ਗਲਤ ਹੈ ਜਾਂ ਕੀ ਗਲਤ ਹੈ, ਮੈਂ ਉੱਥੇ ਜਾਣ ਦਾ ਹੱਕਦਾਰ ਹੋਊਂਗਾ। ਠੀਕ ਹੈ, ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ CT2 ਦੇ SHO ਸਾਹਿਬ ਹੈ, ਨਾਲ ਮੁਲਾਜ਼ਮ ਸੀਗੇ, ਅਤੇ SHO ਸਾਹਿਬ CT1 ਦੇ ਵੀ ਆਏ ਆ, DSP ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ, ਕੁਝ 4 ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ, ਅਤੇ ਉਹ ਆ ਕੇ ਇੱਥੇ ਮਤਲਬ ਗਲੋ ਗਲੀ ਸਾਡੇ ਨਾਲ ਹੋਏ ਆ। ਦਸਤਾਰ ਉਹਨੇ ਲਾਈ ਹੈ ਜੀ, ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹੈ। ਠੀਕ ਹੈ, ਅਤੇ ਅਸੀਂ ਚਾਹੁੰਦੇ ਹਾਂ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗਲ ਪਏ ਆ, ਠੀਕ ਹੈ, ਬੰਦਿਆਂ ਦੇ ਸਾਡਿਆਂ ਦੇ, ਅਤੇ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।